ਅਸੀਂ ਜਾ ਰਹੇ ਹਾਂ ਦਰਬਾਰ ਤੇ, ਆਹ ਮੇਰਾ ਦੋਸਤ ਆ ਤੇ ਹਾਂਜੀ ਹੁਣ ਅਸੀਂ ਦਰਬਾਰ ਤੇ ਜਾ ਰਹੇ ਹਾਂ ਫੁੱਲ ਭਾਰ ਦੇ ਨਾਲ, ਤੇ ਤੁਹਾਨੂੰ ਪਤਾ ਤੁਹਾਡੇ ਸਾਡਾ ਵੀਰ। ਅਸਲਾਮ ਅਲੈਕੁਮ ਸਾਰੇ ਪੰਜਾਬੀ ਭਰਾਵੋ, ਕੀ ਹਾਲ ਚਾਲ ਹੈ? ਠੀਕ ਠਾਕ? ਉਮੀਦ ਕਰਦਾ ਸਾਰੇ ਵੀਰ ਮੇਰੇ ਠੀਕ ਹੋਣਗੇ। ਜਿਹੜਾ ਜਿਹੜਾ ਮੈਨੂੰ ਵੇਖਦਾ, ਜਿਹੜਾ ਜਿਹੜਾ ਜਿੱਥੋਂ ਜਾਂਦਾ ਜਿੱਥੋਂ ਵੇਖਦਾ ਵਾ, ਸਾਰੇ ਭਰਾਵਾਂ ਨੂੰ ਲੱਭ ਹੀ ਹੋ ਗਿਆ ਵੀਰ। ਆਪਾਂ ਲੋਕ ਸਟਾਰਟ ਕਰਦੇ ਹਾਂ ਦੁਪਹਿਰ ਦਾ ਟਾਈਮ ਤੇ ਸਟਾਰਟ ਕਰ ਲਿਆ, ਕਿਉਂਕਿ ਬਹੁਤ ਲੇਟ ਉੱਠਿਆ ਵਾ, ਨਾਰ ਨੂੰ ਹੈ ਤੁਹਾਡੇ ਵੀਰ ਨੇ ਹੈ ਮੀਆਂ ਮੀਆਂ ਹੋ ਸਕਦਾ। ਤੁਹਾਡਾ ਤੋਤਾ ਵੀ ਬਾਹਰ ਮੈਨੇ ਮਾਸ਼ਾਲਾ ਟੰਗ ਲਿਆ ਵਾ, ਤੇ ਹੁਣ ਗੱਲਾਂ ਪਤਾ ਵੀ ਕਰਨੀਆਂ ਸ਼ੁਰੂ ਕਰਤੀਆਂ ਮੀਆਂ ਮਿੱਠੂ। ਹਾਂ ਕੋਈ ਨਹੀਂ, ਆਸਤਾ ਆਸਤਾ ਨਾ ਇਹਨੂੰ ਮੈਂ ਇਹਦੇ ਕੱਲ੍ਹ ਪਰਸੋਂ ਆਪਾਂ ਪੜ੍ਹ ਵੀ ਕੱਟਾਂਗੇ ਤੇ ਆਸਤਾ ਸਾਰਾ ਕੁਛ ਟਿਕ ਸੁੱਖ ਜਾਏਗਾ, ਤੇ ਮੀਆਂ ਮੀਆਂ ਮਾਹੌਲ ਬਣਿਆ ਪਿਆ। ਘਰ ਭਾਈ ਕਜ਼ਨ ਵੀ ਆਇਆ ਖੜਾ ਵਾ, ਆਹਦੀ ਮੋਟਰਸਾਈਕਲ ਔਰ ਮੇਰੀ ਗਿਆ ਵੀਰ ਦੀ ਮੋਟਰਸਾਈਕਲ। ਅਮਰ ਆਇਆ ਬਾਹਰ ਨੂੰ ਜਾਈਏ ਆਪਾਂ, ਅਮਰ ਆਇਆ ਬਾਹਰ ਨੂੰ ਆ ਗਈ ਜੀ। ਘਰ ਕਿਸੇ ਦੇ ਕੈਮਰੇ ਲੱਗਦੇ ਪਏ ਉਹਨਾਂ ਦੇ ਘਰ, ਅਤੇ ਆਹ ਬਾਹਰ ਬੋਰੀ ਲਾਈ ਉਹਨਾਂ ਨੇ ਟਰਾਂਸਫਾਰਮ ਦੇ ਲਾਗੇ, ਅਤੇ ਇੱਧਰ ਲਈ ਮੈਨੂੰ ਮਾੜਾ ਹੋਇਆ। ਮੌਲਵੀ ਸਾਹਿਬ ਭਿੰਡੇ ਖੇਡਦੇ ਪਏ ਆ। ਅਸਲਾਮ ਵਾਲਿਆ ਮੌਲਵੀ ਸਾਹਿਬ ਕੀ ਹਾਲ ਚਾਲ ਹੈ? ਮੌਲਵੀ ਸਾਹਿਬ ਭਿੰਡੇ ਖੇਡਣ ਦੇ ਡੇ ਵੱਡੇ ਹੋ ਗਏ, ਅੱਲਾ ਜਾਣਦਾ ਭਿੰਡੇ ਉਹ ਖੇਡਦਾ ਕਹਿੰਦਾ ਅੱਲਾ ਜਾਣਦਾ। ਹਾਂ ਤੂੰ ਸੁਣਾ, ਸਭ ਵਧੀਆ? ਜਦੋਂ ਵੀਰੋ ਗਰਮੀ ਬੜੀ ਹੋਈ ਪਈ ਹੈ, ਦੁਪਹਿਰ ਟਾਈਮ ਬੜੀ ਧੁੱਪ ਲੱਗੀ ਖੜੀ ਆ, ਅਤੇ ਹੁਣ ਆਪਾਂ ਜਾਂਦੇ ਵਾਪਸ ਘਰ, ਅਤੇ ਮਾੜਾ ਜਿਹਾ ਬੈਠਕ ਦੇ ਵਿੱਚ ਚੱਲੀਏ, ਮਾੜਾ ਜਿਹਾ ਆਰਾਮ ਰੂਮ ਕਾਲੀਏ ਨਾਲ ਨੂੰ ਕਿ ਬਾਹਰ ਨਿਕਲਣਾ, ਸਿਰ 'ਤੇ ਗਰਮੀ ਪਵੇ ਨਾ ਤਾਂ ਫਿਰ ਬੰਦਾ ਕੰਬਲ ਕੁੰਬਲ ਹੋ ਜਾਂਦਾ ਵਾ ਹੈ, ਅਤੇ ਮਾੜਾ ਜਿਹਾ ਚੱਲੀਏ ਬੈਠਕ ਦੇ ਵਿੱਚ। ਬੈਠਕ 'ਚ ਆ ਗਏ ਆਪਾਂ, ਵਾਹ ਜੀ ਬੜਾ ਵੱਡਾ ਫੈਨ ਆ ਬਈ ਵੀਰ ਆਪਣਾ ਵੇਖਦੇ ਆ। ਵਾਨੂੰ ਕਿਹਨੂੰ ਵੇਖਦੇ ਆ, ਨਾ ਕੀਦਾ ਵਾ? ਚਿੜੀਆ ਕਬੀਰ, ਚਿੜੀਆ ਕਬੀਰ ਵੇਖਦਾ ਪਿਆ ਵਾ ਹੈ, ਅਤੇ ਆਹ ਸੁੱਤੇ ਪਿਆ ਜੀ, ਤਦੋਂ ਸੁੱਤਾ ਪਿਆ ਵਾ ਜੀ ਮੋਬਾਇਲ ਸਿਰ 'ਤੇ ਰੱਖ ਕੇ। ਹਾਂਜੀ ਦੋਸਤ, ਬਾਬਾ ਕੁਲੀ ਸਾਨੂੰ ਰਾਹ 'ਚ ਮਿਲ ਗਿਆ ਮਾਸ਼ਾਅੱਲਾ, ਦੋ ਚਾਰ ਦਿਨ ਹੋ ਗਏ ਘਰੋਂ ਆਪਣੇ ਘੁੰਮ ਸ਼ੁੰਮ ਕੇ। ਬਾਬਾ ਹੋਰ ਸੁਣਾ? ਹਾਂ ਠੀਕ। ਅਤੇ ਆਹ ਮੇਰੇ ਦੋਸਤ ਨਵੇਂ ਨਾਲ ਮਿਲੋ ਇੱਧਰ ਆਓ, ਆਹ ਵੇਖੋ ਮੇਰਾ ਦੋਸਤ ਨਵਾਂ, ਕੀ ਇਹ ਅੱਜ ਸਾਨੂੰ ਬੜੇ ਦਿਨਾਂ ਬਾਅਦ ਮਿਲਿਆ ਵਾ ਜੀ, ਅਤੇ ਤੁਹਾਨੂੰ ਕੀ ਦੱਸੀਏ, ਇਹ ਉਹਦਾ ਭਰਾਵਾ ਜਿਹੜਾ ਤੁਰ ਕੇ ਆਇਆ ਸੀਗਾ ਵਾਡੀਆਂ ਵਿੱਚੋਂ, ਉਹਦਾ ਭਰਾਵਾ ਛੋਟਾ। ਇਹਦੇ ਮੁਕਾ ਦੇ ਤੇਰੇ ਭਰਾ 'ਚ ਕਿੰਨਾ ਕੋਨਫੀਡੈਂਸ ਸੀ? ਅਜੇ ਤਾਂ ਕੋਨਫੀਡੈਂਸ ਹੈ ਨਹੀਂ, ਪਰ ਬਾਬਾ ਕੀ ਹਾਲ ਚਾਲ? ਠੀਕ ਹੈ। ਕੀ ਕਰ ਰਿਹਾ ਅੱਜ ਕੱਲ੍ਹ? ਬਸ ਅੱਜ ਕੱਲ੍ਹ ਹੁਣ ਇਸ ਕਰਕੇ ਮੈਂ ਫਿਰ ਮੈਂ ਨਾ ਇੱਕੋ ਟਾਈਮ ਮੰਗਿਆ ਸੀ, ਬੜੀ ਮੁਸ਼ਕਿਲ ਹੋਈ ਭਾਈ, ਨਹਾ ਕੇ ਵੀ ਆਇਆ ਵਾ, ਹਜੇ ਨਹਾ ਕੇ ਵੀ ਅੱਜ ਨਹਾ ਕੇ ਆਇਆ ਵਾ ਪੂਰੇ ਮਾਹੌਲ ਨਾਲ, ਤੇ ਇਸ ਕਰਕੇ ਦਰਬਾਰ ਤੇ ਮਾੜਾ ਚੱਲੇ ਹੈ, ਦਰਬਾਰ ਤੋਂ ਆਈ ਚਲਾ ਵੀ ਚੌਧਰੀ ਤੁਰ ਫੋਲੋ ਮੀ। ਓਕੇ ਬਾਬਾ ਜੀ, ਲਾ ਵੀ ਹੋ ਗਿਆ। ਅਸੀਂ ਜਾ ਰਹੇ ਹਾਂ ਦਰਬਾਰ ਤੇ, ਆਹ ਮੇਰਾ ਦੋਸਤ ਆ ਤੇ ਹਾਂਜੀ ਹੁਣ ਅਸੀਂ ਦਰਬਾਰ ਤੇ ਜਾ ਰਹੇ ਹਾਂ ਫੁੱਲ ਭਾਰ ਦੇ ਨਾਲ, ਅਤੇ ਤੁਹਾਨੂੰ ਪਤਾ ਤੁਹਾਡੇ ਸਾਡਾ ਵੀਰ ਸਾਨੂੰ ਬੜੇ ਨਾ ਦੇਰ ਬਾਅਦ ਸਾਨੂੰ ਨਾ ਮਾੜੀ ਬਾਤ ਆ, ਸਾਡੇ ਨਾ ਵੀਰ ਨੇ ਸਾਨੂੰ ਅੱਜ ਮਿਲਿਆ ਵਾ ਪੂਰੇ ਮਾਹੌਲ ਦਾ, ਅਤੇ ਅਸੀਂ ਇਹਨੂੰ ਦਰਬਾਰ 'ਤੇ ਲੈ ਕੇ ਜਾ ਰਹੇ ਹਾਂ, ਅਤੇ ਪਿੰਡ ਦੇ ਮਾਹੌਲ ਦੀ ਇਹਨੂੰ ਸੈਰ ਉੱਤੇ ਫ੍ਰੀ ਕਰਾ ਰਹੇ ਹਾਂ, ਅਤੇ ਕਿੱਦਾਂ ਲੱਗਾ ਪਿੰਡ ਫਿਰ? ਬਿਹਤਰੀਨ ਲੱਗਿਆ, ਬਿਹਤਰੀਨ ਕੰਮ ਵਾਲਾ ਨਾ ਮੋਬਾਇਲ ਤਾਂ ਨੂੰ ਕਰਨਾ ਐਂ ਕਰ। ਹਾਂ
ਤਾਂ ਕਿ ਤੂੰ ਖੂਬਸੂਰਤ ਚਿਹਰਾ ਤੇਰਾ ਸਹੀ ਤਰ੍ਹਾਂ ਆਵੇ। ਮਾਸ਼ਾਅੱਲਾ ਕਰ ਦੇ, ਨਜ਼ਰ ਨਾ ਲੱਗ ਜਾ। ਹਾਂ ਕਹਿ ਰਹੇ ਹੋ ਵੀ ਮਾਸ਼ਾਅੱਲਾ ਮਾਸ਼ਾਅੱਲਾ, ਇੱਥੇ ਟਿੱਕਾ ਲਿਆ ਕਰ ਸੁਰਮੇ ਦਾ, ਮੈਂ ਸਿੱਧਾ ਫਰ ਤੈਨੂੰ ਤਿੰਨ ਵਾਰੀ ਸਬਜ਼ੀ ਆਉਣਾ ਚੰਗਾ ਹੋ ਗਈ ਅੜੀ ਮੇਰੇ ਦਰਦ। ਆਸੇ ਪਾਸੇ ਦਿਖਾ ਮਾੜਾ ਜਿਹਾ, ਐਂ ਘੁਮਾ ਕੇ ਮੈਂ ਖੇਤੀ ਸਾਰੇ ਬੰਨੇ ਹਰਿਆਲੀ ਹਰਿਆਲੀ, ਕਣਕ ਵੱਢੀ ਗਈ ਆ, ਟੇਲਰ ਤੁਰਨ ਲੱਗ ਗਏ ਆ, ਦਰਬਾਰ ਤੇ ਜਾ ਰਹੇ ਹੁਣ। ਹਾਂਜੀ ਦੋਸਤੋ, ਅਸੀਂ ਨਾ ਹੁਣ ਨਾ ਉਹ ਦਰਬਾਰ ਤੋਂ ਸਲਾਮ ਸਲੂਮ ਕਰ ਲਿਆ ਵਾ, ਦਰਬਾਰ ਤੋਂ ਤੁਰ ਫਿਰ ਆਏ ਹਾਂ, ਅਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਘਰ ਦੀ ਤਰਫ਼। ਅਤੇ ਇਸ ਭਰਾ ਦਾ ਭਾਈ ਬੜੀ ਮਿਹਰਬਾਨੀ, ਇਹਨੇ ਟਾਈਮ ਦਿੱਤਾ ਅਤੇ ਦਰਬਾਰ ਦੇ ਲਾਗੇ ਵੀਡੀਓ ਤਾਂ ਨਹੀਂ ਵੀਰੋ ਸ਼ੂਟ ਕੀਤੀ, ਰੰਗ ਨਾ ਉੱਥੇ ਵੀਡੀਓ ਦਾ ਰੰਗ ਬਹੁਤ ਕਾਲਾ ਆ ਰਿਹਾ ਸੀ, ਵੀਡੀਓ ਸਹੀ ਨਹੀਂ ਸੀ ਆੜੀ, ਇਹਨੇ ਤਾਂ ਨਜ਼ਰ ਨਹੀਂ ਸੀ ਆਉਣਾ ਵਿੱਚ, ਅਤੇ ਬਾਕੀ ਇਹਨੇ ਸਾਡਾ ਟਾਈਮ ਦਿੱਤਾ, ਬੜੀ ਬੜੀ ਮਿਹਰਬਾਨੀ ਚੌਧਰੀ ਤੇਰੀ ਹੈ। ਅਤੇ ਇਹਦੇ ਨਾਲ ਸਾਡੀ ਵੀਡੀਓ ਖਤਮ ਹੁੰਦੀ ਹੈ, ਅਤੇ ਭਰਾ ਦੇ ਚੈਨਲ ਨੂੰ ਦੱਬ ਕੇ ਸਪੋਰਟ ਕਰਨੀ ਆ। ਅਜੀਬ ਲੋਕ, ਲਵ ਯੂ, ਆਈ ਲਵ ਯੂ, ਹਾਏ ਲਵ ਯੂ ਵੇ, ਲਵ ਯੂ ਦਾ ਕਰਦੇ, ਲਵ ਯੂ ਲਵ ਯੂ, ਹਾਂਜੀ ਲਵ ਯੂ ਕਰਦੇ ਕਿੰਨੇ।